ਦਿਲਜੀਤ ਦੋਸਾਂਝ ਨੇ ਥੋੜੇ ਦਿਨ ਪਹਿਲਾਂ ਦੱਸਿਆ ਸੀ ਆਪਣੀ ਆਉਣ ਵਾਲੀ ਨਵੀਂ ਐਲਬਮ ਦੇ ਬਾਰੇ, ਜਿਸ ਵਿੱਚ ਹੋਏਗਾ ਖੂਬ ਸਾਰਾ ਭੰਗੜਾ। ਤੇ ਹੁਣ ਫੈਨਸ ਦੀ ਐਕਸਾਈਟਮੈਂਟ ਨੂੰ ਹੋਰ ਵਧਾਉਂਦੇ ਹੋਏ ਦਿਲਜੀਤ ਨੇ ਆਪਣੀ ਐਲਬਮ ਦੇ ਗਾਣਿਆਂ ਦੇ ਟਾਈਟਲ ਅਨਾਊਂਸ ਕਰਦੇ ਨੇ। ਐਲਬਮ ਦਾ ਨਾਮ ਹੈ ਰੋਰ ਤੇ ਇਸ ਐਲਬਮ ਵਿੱਚ 10 ਗਾਣੇ ਹੋਣਗੇ। ਤੁਹਾਨੂੰ ਦੱਸ ਦਈਏ ਕਿ ਇਸ ਐਲਬਮ ਨੂੰ ਦਿਲਜੀਤ ਦੋਸਾਂਝ ਦੀ ਹੋਮ ਪ੍ਰੋਡਕਸ਼ਨ ਯਾਨੀ ਕਿ ਦੋਸਾਂਝਾ ਵਾਲਾ ਪ੍ਰੋਡਕਸ਼ਨਸ ਦੇ ਅੰਡਰ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ। ਐਲਬਮ ਦਾ ਮਿਊਜ਼ਿਕ ਤਿਆਰ ਕੀਤਾ ਜਤਿੰਦਰ ਸ਼ਾਹ ਨੇ ਤੇ ਗਾਣਿਆਂ ਦੇ ਲਿਰਿਕਸ ਲਿਖੇ ਨੇ ਰਣਬੀਰ ਸਿੰਘ ਨੇ ਤੇ ਕਿਹਾ ਜਾ ਰਿਹਾ ਹੈ ਕਿ ਇਹ ਐਲਬਮ 10 ਦਸੰਬਰ ਨੂੰ ਰਿਲੀਜ਼ ਕੀਤੀ ਜਾਏਗੀ।